ਤੁਸੀਂ ਵੇਖ ਰਹੇ ਹੋ ਪੰਜਾਬ ਨਾਵਾ ਮੈਂ ਗੁਰਮਿੰਦਰ ਸਿੰਘ ਸਮਰ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਐਡਵੋਕੇਟ ਜਗਮੋਹਨ ਸਿੰਘ ਜੀ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀਆਂ ਕਾਨੂੰਨੀ ਸੇਵਾਵਾਂ ਦੇ ਰਹੇ ਜਗਮੋਹਨ ਜੀ ਬਹੁਤ ਸਵਾਗਤ ਹੈ ਆਪ ਦਾ ਪੰਜਾਬ ਨਾਵਾ ਦੇ ਵਿੱਚ ਧੰਨਵਾਦ ਸਰ ਕੁਝ ਦਿਨਾਂ ਤੋਂ ਆਪਾਂ ਪੰਜਾਬ ਨਾਵਾ ਹੈਲਪਲਾਈਨ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਜੋ ਸਹਾਇਕ ਪ੍ਰੋਫੈਸਰ ਨਿਯੁਕਤੀਆਂ ਦਾ ਘਾਲਾ ਮਾਲਾ ਹੋਇਆ ਹੋਇਆ ਕੋਈ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਉਹਦੇ ਤੇ ਕੁਛ ਅਸਮੰਜਸ ਦੇ ਵਿੱਚ ਨੇ ਉਹਨਾਂ ਨੂੰ ਕਲੈਰਿਟੀ ਦੇਣ ਲਈ ਅਸੀਂ ਇਹ ਪੰਜਾਬ ਹੈਲਪਲਾਈਨ ਨਾਮ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਅੱਜ ਉਹਦਾ ਤੀਸਰਾ ਹਿੱਸਾ ਜਾਰੀ ਹੋ ਰਿਹਾ ਸਭ ਤੋਂ ਪਹਿਲਾ ਸਵਾਲ ਭਾਵ ਜਾਣਨਾ ਅਸੀਂ ਭਾਵ ਜੋ ਪ੍ਰਗਟ ਸਿੰਘ ਜੀ ਨੇ ਇਨਕੁਆਇਰੀ ਮਾਰਕ ਕੀਤੀ ਹੈ ਉਸ ਇਨਕੁਆਇਰੀ ਤੋਂ ਕੀ ਭਾਵ ਹੈ ਪਲੀਜ਼ ਜਗਮੋਹਨ ਜੀ ਅਮਰ ਜੀ ਇਸ ਤਰ੍ਹਾਂ ਹੈ ਕਿ ਇਨਕੁਆਇਰੀ ਦੀ ਜਿਹੜੀ ਨੇਚਰ ਹੈਗੀ ਆ ਉਸਨੂੰ ਸਮਝਣਾ ਅਤਿ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਪਬਲਿਕ ਸਰਵੈਂਟ ਇਨਕੁਆਇਰੀ ਐਕਟ ਆ ਉਸ ਦੇ ਥੱਲੇ ਇਨਕੁਆਇਰੀ ਮਾਰਕ ਹੁੰਦੀ ਆ ਅਤੇ ਆਮ ਤੌਰ ਦੇ ਉੱਤੇ ਜਿਹਦਾ ਸਕੇਲ ਬਹੁਤ ਜ਼ਿਆਦਾ ਹੋਵੇ ਔਰ ਜਿਹਦੀ ਗ੍ਰੈਵਿਟੀ ਬਹੁਤ ਜ਼ਿਆਦਾ ਹੋਵੇ ਉਸ ਨੂੰ ਪਬਲਿਕ ਸਰਵੈਂਟ ਇਨਕੁਆਇਰੀ ਐਕਟ ਦੇ ਥੱਲੇ ਜਿਹੜਾ ਹੈਗਾ ਇਨਕੁਆਇਰ ਕੀਤਾ ਜਾਂਦਾ ਮੈਟਰ ਨੂੰ ਆਮ ਤੌਰ ਦੇ ਉੱਤੇ ਜਿੰਨੀਆਂ ਵੀ ਜੁਡੀਸ਼ਰੀ ਇਨਕੁਆਇਰੀਜ਼ ਨੇ ਉਹ ਇਸੇ ਐਕਟ ਦੇ ਥੱਲੇ ਜਿਹੜੀਆਂ ਨੇ ਕੰਡਕਟ ਕੀਤੀਆਂ ਜਾਂਦੀਆਂ ਨੇ ਇਹਨੂੰ ਵੀ ਇੱਕ ਤਰੀਕੇ ਦੀ ਇਹਨੂੰ ਅਸੀਂ ਇਨਕੁਆਇਰੀ ਵਿੱਚ ਹੀ ਸ਼ਾਮਿਲ ਕਰਦੇ ਹਾਂ ਦੂਸਰੇ ਹੁੰਦੀਆਂ ਨੇ ਡੋਮੈਸਟਿਕ ਇਨਕੁਆਇਰੀਜ਼ ਜਿਹਦੇ ਵਿੱਚ ਜਿਹੜਾ ਹੈਗਾ ਵਿਭਾਗ ਆਪਣੇ ਪੱਧਰ ਦੇ ਉੱਤੇ ਅੰਦਰੂਨੀ ਤੌਰ ਦੇ ਉੱਤੇ ਵੀ ਕਿਸੇ ਮੈਟਰ ਦਾ ਜਿਹੜਾ ਹੈਗਾ ਪੜਤਾਲ ਕਰਦਾ ਅਤੇ ਆਪਣੀ ਰਿਪੋਰਟ ਜਿਹੜੀ ਹੈਗੀ ਆ ਉਹ ਬਣਾਉਂਦਾ ਇਸ ਸੰਬੰਧ ਦੇ ਵਿੱਚ ਅਤੇ ਤੀਸਰੀ ਜਿਹੜੀ ਚੀਜ਼ ਹੈਗੀ ਆ ਜਿਹੜੀ ਉਹ ਇਹ ਹੁੰਦੀ ਆ ਕਿ ਜਿਸ ਤਰ੍ਹਾਂ ਪ੍ਰਗਟ ਸਿੰਘ ਜੀ ਨੇ ਜਿਹੜਾ ਹੈ ਇਸ ਕੇਸ ਦੇ ਵਿੱਚ ਕੀਤਾ ਹੈ ਕਿ ਕੁਝ ਉਮੀਦਵਾਰ ਜਿਹੜੇ ਨੇ ਸਹਾਇਕ ਪ੍ਰੋਫੈਸਰ ਦੀ ਭਰਤੀ ਵਾਲੇ ਜਿਹੜੇ ਕੁਛ ਰਿਜੈਕਟ ਹੋ ਗਏ ਉਹ ਵੀ ਹੋ ਸਕਦੇ ਆ ਜਾਂ ਕੁਛ ਮਾਰਜਨ ਦੇ ਉੱਤੇ ਹੋਣਗੇ ਆਪਣੀ ਸਿਲੈਕਸ਼ਨ ਦੇ ਉਹ ਵੀ ਹੋ ਸਕਦੇ ਆ ਉਹਨਾਂ ਨੇ ਕੁਛ ਆਪਣੇ ਓਬਜੈਕਸ਼ਨ ਜਿਹੜੇ ਇਤਰਾਜ਼ ਜਿਹੜੇ ਨੇ ਆਪਣੀਆਂ ਪ੍ਰਤੀ ਬੇਨਤੀਆਂ ਦੇ ਵਿੱਚ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਦੇ ਸਨਮੁੱਖ ਰੱਖੇ ਨੇ ਅਤੇ ਉਹਨਾਂ ਨੇ ਉਸ ਪ੍ਰਤੀ ਬੇਨਤੀਆਂ ਨੂੰ ਜਿਹੜਾ ਹੈ ਆਪਣੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਡਾਊਨ ਮਾਰਕ ਕੀਤਾ ਹੈ ਜਸਟ ਟੂ ਇਨਕੁਆਇਰ ਦੀ ਮੈਟਰ ਇਹਨੂੰ ਵੀ ਇੱਕ ਤਰੀਕੇ ਨਾਲ ਜਿਹੜਾ ਹੈਗਾ ਇਨਕੁਆਇਰੀ ਕਿਹਾ ਗਿਆ ਪਰ ਬੇਸਿਕਲੀ ਇਹ ਉਸ ਪ੍ਰਤੀ ਬੇਨਤੀ ਦੇ ਤੱਥਾਂ ਨੂੰ ਜਾਣਨਾ ਅਤੇ ਉਹਦੀ ਵੈਲਿਡਿਟੀ ਨੂੰ ਦੇਖਣਾ ਅਤੇ ਪਰਖਣਾ ਅਤੇ ਉਹਨਾਂ ਦਾ ਕੋਈ ਹੱਕ ਬਣਦਾ ਹੈ ਰਾਈਟ ਬਣਦਾ ਹੈ ਨਹੀਂ ਬਣਦਾ ਹੈ ਇਹ ਇੰਡੀਵਿਜੁਅਲ ਲੈਵਲ ਦੇ ਆ ਕੁਛ ਪ੍ਰਤੀ ਬੇਨਤੀਆਂ ਨੇ ਉਹਨਾਂ ਨੇ ਕੋਈ ਵੀ ਐਸੀ ਜਿਹੜੀ ਇਨਕੁਆਇਰੀ ਆ ਜਿਹਨੂੰ ਅਸੀਂ ਕਹੀਏ ਕਿ ਇਸ ਸਾਰੀ ਭਰਤੀ ਦੇ ਉੱਤੇ ਸਿਲੈਕਸ਼ਨ ਦੇ ਉੱਤੇ ਟੈਸਟ ਦੇ ਉੱਤੇ ਜਾਂ ਕੋਈ ਹੋਰ ਇਸ ਨਾਲ ਸੰਬੰਧਿਤ ਜਿਹੜਾ ਹੈ ਉਹ ਟੋਟਲ 1158 ਪੋਸਟਾਂ ਦੀ ਕੋਈ ਇਨਕੁਆਇਰੀ ਮਾਰਕ ਨਹੀਂ ਕੀਤੀ ਜੇ ਐਸੀ ਕੋਈ ਇਨਕੁਆਇਰੀ ਮਾਰਕ ਕੀਤੀ ਹੁੰਦੀ ਤਾਂ ਫਿਰ ਉਹ ਪੰਜਾਬ ਸਰਕਾਰ ਦੇ ਹਰੇ ਕਾਗਜ਼ ਦੇ ਉੱਤੇ ਹੁਕਮ ਬਣ ਕੇ ਆਉਂਦੀ ਆ ਅਤੇ ਉਹਦੇ ਵਿੱਚ ਰੈਫਰੈਂਸ ਵੀ ਦਿੱਤਾ ਹੁੰਦਾ ਕਿ ਅੰਦਰੂਨੀ ਪੱਧਰ ਦੇ ਉੱਤੇ ਅਗਰ ਕੋਈ ਡੋਮੈਸਟਿਕ ਇਨਕੁਆਇਰੀ ਕਰਨੀ ਆ ਤਾਂ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਕਰਨੀ ਆ ਅਤੇ ਕਿੰਨੇ ਦਿਨਾਂ ਦੇ ਵਿੱਚ ਉਸਦੀ ਇਨਕੁਆਇਰੀ ਦੀ ਰਿਪੋਰਟ ਜਿਹੜੀ ਆ ਉਹ ਸਬਮਿਟ ਕਰਨੀ ਆ ਇਹ ਸਾਰਾ ਕੁਛ ਨਾ ਉਹਦੇ ਵਿੱਚ ਵੇਰਵੇ ਦਿੱਤੇ ਹੁੰਦੇ ਆ ਅਤੇ ਉਹ ਕੈਬਨਿਟ ਜਿਹੜੇ ਮੰਤਰੀ ਆ ਉਚੇਰੀ ਸਿੱਖਿਆ ਵਿਭਾਗ ਦੇ ਉਹਨਾਂ ਦੇ ਵਿਭਾਗ ਦੇ ਵਿੱਚੋਂ ਇੱਕ ਹੁਕਮ ਬਣ ਕੇ ਆਉਂਦਾ ਸੋ ਇਸ ਤਰ੍ਹਾਂ ਦਾ ਹੁਕਮ ਬਣ ਕੇ ਇਹਦੇ ਵਿੱਚ ਕੋਈ ਇਨਕੁਆਇਰੀ ਨਹੀਂ ਆਈ ਜਿਹੜੀਆਂ ਪ੍ਰਤੀ ਬੇਨਤੀਆਂ ਵਿਦਿਆਰਥੀਆਂ ਵੱਲੋਂ ਜਾਂ ਉਮੀਦਵਾਰਾਂ ਵੱਲੋਂ ਜਾਂ ਅਧਿਆਪਕਾਂ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਆਪਣੇ ਇਤਰਾਜ਼ ਜਿਤਾਏ ਗਏ ਆ ਵੱਖ ਵੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਡਾਊਨ ਮਾਰਕ ਕੀਤਾ ਸਾਡੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਜੀ ਨੂੰ ਤਾਂ ਕਿ ਹਰ ਇੱਕ ਪ੍ਰਤੀ ਬੇਨਤੀ ਦੀ ਇੰਡੀਵਿਜੁਅਲ ਜਿਹੜਾ ਓਬਜੈਕਸ਼ਨ ਹੈਗਾ ਉਸ ਨੂੰ ਵਿਚਾਰਿਆ ਜਾਵੇ ਅਤੇ ਉਸ ਨੂੰ ਜਿਹੜਾ ਹੈ ਉਹ ਡਿਸਪੋਜ਼ ਆਫ ਕੀਤਾ ਜਾਵੇ ਵਿਦ ਐਪਰੋਪ੍ਰੀਏਟ ਆਰਡਰ ਸੋ ਇਹ ਇਨਕੁਆਇਰੀ ਜਿਹੜੀ ਹੈ ਉਹ ਇਸ ਪ੍ਰਕਾਰ ਦੀ ਇਨਕੁਆਇਰੀ ਆ ਇਹ ਸਮੁੱਚੇ ਟੈਸਟ ਦੇ ਉੱਤੇ ਵੀ ਇਨਕੁਆਇਰੀ ਨਹੀਂ ਹੈ ਔਰ ਨਾ ਹੀ ਜਿਹੜਾ ਹੈਗਾ ਸਿਲੈਕਸ਼ਨ ਦੇ ਉੱਤੇ ਇਨਕੁਆਇਰੀ ਹੈ ਅਤੇ ਨਾ ਹੀ ਅਪੁਆਇੰਟਮੈਂਟਸ ਦੇ ਉੱਤੇ ਕੋਈ ਇਨਕੁਆਇਰੀ ਆ ਇੰਡੀਵਿਜੁਅਲ ਜਿਹੜੇ ਓਬਜੈਕਸ਼ਨ ਨੇ ਉਹ ਕਿਸੇ ਵੀ ਵਿਸ਼ੇ ਦੇ ਹੋ ਸਕਦੇ ਆ ਕਿਸੇ ਵੀ ਮੁੱਦੇ ਤੇ ਹੋ ਸਕਦੇ ਆ ਰੈਜ਼ਰਵੇਸ਼ਨ ਦੇ ਉੱਤੇ ਹੋ ਸਕਦੇ ਆ ਜਾਂ ਕੋਈ ਹੋਰ ਜਿਹੜਾ ਹੈ ਕਿਸੇ ਵਿਅਕਤੀ ਦਾ ਜਿਹੜਾ ਹੈ ਕੋਈ ਜਿਹੜਾ ਨੰਬਰਾਂ ਦੇਣ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹਦੇ ਉੱਤੇ ਹੋ ਸਕਦੀ ਹੈ ਜਾਂ ਕਿਸੇ ਵੀ ਹੋਰ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਓਬਜੈਕਸ਼ਨ ਹੋ ਸਕਦਾ ਅਤੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਲਈ ਜਿਹੜਾ ਹੈ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਜੀ ਨੂੰ ਡਾਊਨ ਮਾਰਕ ਕੀਤਾ ਗਿਆ ਹੈ ਸਮਝ ਜੀ ਸਰ ਬਹੁਤ ਬਿਹਤਰ ਗੱਲ ਕਹੀ ਤੁਸੀਂ ਪਰ ਉੱਥੇ ਦੋ ਸਵਾਲ ਪੈਦਾ ਹੁੰਦੇ ਨੇ ਇੱਕ ਤਾਂ ਇਹ ਕਿ ਇਸ ਜਿਹੜੀ ਇਨਕੁਆਇਰੀ ਦੇ ਮਾਰਕ ਕੀਤੀ ਹੈ ਪ੍ਰਗਟ ਸਿੰਘ ਜੀ ਨੇ ਇਹਦੇ ਨਤੀਜੇ ਕੀ ਆ ਸਕਦੇ ਨੇ ਨਤੀਜੇ ਕੀ ਨਿਕਲਣਗੇ ਦੂਸਰਾ ਇਸ ਦੇ ਨਤੀਜੇ ਭਵਿੱਖ ਵਿੱਚ ਕੀ ਰੂਪ ਲੈ ਸਕਦੇ ਨੇ ਜਗਮੋਹਨ ਜੀ ਦੇਖੋ ਇਸ ਚੀਜ਼ ਦਾ ਕੋਈ ਵੀ ਆਪਾਂ ਪ੍ਰਤੀ ਬੇਨਤੀ ਕਿਸੇ ਵੀ ਅਧਿਕਾਰੀ ਨੂੰ ਦਿੰਦੇ ਹਾਂ ਜਾਂ ਕਿਸੇ ਮੰਤਰੀ ਸਾਹਿਬ ਨੂੰ ਦਿੰਦੇ ਹਾਂ
ਉਹ ਜਦੋਂ ਉਸਦੀ ਜਿਹੜੀ ਹੈਗੀ ਹੈ ਇਨਕੁਆਇਰੀ ਕੀਤੀ ਜਾਂਦੀ ਹੈ, ਪੜਤਾਲ ਕੀਤੀ ਜਾਂਦੀ ਹੈ, ਉਹਦੇ ਵਿੱਚ ਦਰਸਾਏ ਗਏ ਤੱਥਾਂ ਦੀ ਨਿਯਮਾਂ ਦੇ ਔਰ ਲਾਅ ਦੇ ਹਿਸਾਬ ਦੇ ਨਾਲ ਪ੍ਰਬੰਧਕੀ ਪੱਧਰ ਦੇ ਉੱਤੇ, ਤਾਂ ਉਹਦੇ ਤਿੰਨ ਜਿਹੜੇ ਆ ਸਥਿਤੀਆਂ ਬਣ ਸਕਦੀਆਂ ਹੁੰਦੀਆਂ ਨੇ। ਇੱਕ ਤਾਂ ਜੇ ਪ੍ਰਤੀ ਬੇਨਤੀ ਵਿੱਚ ਦਰਸਾਏ ਗਏ ਤੱਥ ਜਿਹੜੇ ਆ, ਰੂਲ ਜਿਹੜੇ ਆ, ਉਹ ਬਿਲਕੁਲ ਠੀਕ ਹੋਏ ਉਹਦੇ ਵਿੱਚ, ਤਾਂ ਉਸ ਨੂੰ ਬਣਦਾ ਰਿਲੀਫ ਜਿਹੜਾ ਦਿੱਤਾ ਜਾਏਗਾ। ਜੇ ਉਸਦੇ ਨਾਲ ਕੋਈ ਰਿਜ਼ਲਟ ਰਿਵਾਈਜ਼ ਕਰਨਾ ਪਿਆ ਤਾਂ ਉਹ ਰਿਵਾਈਜ਼ ਵੀ ਕੀਤਾ ਜਾਏਗਾ। ਜੇਕਰ ਉਸ ਵਿੱਚ ਦਰਸਾਏ ਗਏ ਤੱਥ ਅਤੇ ਰੂਲ ਜਿਹੜੇ ਆ ਉਹ ਵੈਲਿਡ ਨਾ ਪਾਏ ਗਏ, ਤਾਂ ਫਿਰ ਉਸਦਾ ਦੂਜੀ ਸਥਿਤੀ ਇਹ ਬਣੇਗੀ ਕਿ ਉਸਨੂੰ ਫਾਈਲ ਕਰ ਦਿੱਤਾ ਜਾਏਗਾ। ਚਾਹੀਦਾ ਤਾਂ ਇਹ ਹੁੰਦਾ ਕਿ ਉਸ ਜਿਹੜਾ ਹੈਗਾ ਕੰਪਲੇਨੈਂਟ ਨੂੰ ਜਾਂ ਐਪਲੀਕੈਂਟ ਨੂੰ ਉਹਦੇ ਜਿਹੜੇ ਸਿੱਟੇ ਹੈਗੇ ਆ ਵੀ ਇਹ ਫਾਈਲ ਕਰ ਦਿੱਤੀ ਗਈ ਆ, ਉਹ ਵੀ ਦਰਸਾਏ ਜਾਣੇ ਚਾਹੀਦੇ ਹੁੰਦੇ ਆ। ਅਤੇ ਤੀਸਰੀ ਜਿਹੜੀ ਸਥਿਤੀ ਇਹ ਬਣਦੀ ਆ ਕਿ ਜੇਕਰ ਉਸਦੀ ਐਪਲੀਕੇਸ਼ਨ ਨੂੰ ਇਨਵੈਲਿਡ ਮੰਨ ਲਿਆ ਜਾਂਦਾ ਅਤੇ ਫਾਈਲ ਕਰ ਦਿੱਤਾ ਜਾਂਦਾ, ਅਤੇ ਜੇਕਰ ਉਹ ਕੰਪਲੇਨੈਂਟ ਜਿਹੜਾ ਹੈਗਾ ਜਾਂ ਐਪਲੀਕੈਂਟ ਜਿਹੜਾ ਹੈਗਾ ਅਗਰ ਸਹਿਮਤ ਨਹੀਂ ਹੈ ਉਹਨਾਂ ਦੇ ਫੈਸਲੇ ਨਾਲ, ਵਿਭਾਗੀ ਫੈਸਲੇ ਦੇ ਨਾਲ, ਤਾਂ ਉਹ ਕੋਰਟ ਦਾ ਰੁੱਖ ਵੀ ਕਰ ਸਕਦਾ ਹੁੰਦਾ। ਸੋ ਇਹ ਤਿੰਨ ਸਥਿਤੀਆਂ ਜਿਹੜੀਆਂ ਨੇ ਆਮ ਤੌਰ ਦੇ ਉੱਤੇ ਬਣਦੀਆਂ ਨੇ। ਇਹ ਹੁਣ ਇਸ ਕੇਸ ਟੂ ਕੇਸ ਦੇਖਣਾ ਪਏਗਾ ਕਿ ਕਿਹੜੇ ਕੇਸ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ। ਸਮਝ ਜੀ ਸਰ, ਆਪਣੀ ਇਨਕੁਆਇਰੀ ਦੀ ਗੱਲ ਚੱਲ ਰਹੀ ਆ, ਇੱਕ ਵਿੱਚ ਮੈਂ ਨਾ ਪਟਿਆ ਜਿਹੜੀ ਆਪਣੀ ਪੰਜਾਬ ਨਵਾਂ ਹੈਲਪਲਾਈਨ ਹੈ ਉਹਦੇ ਵਿੱਚ ਕੁਛ ਉਮੀਦਵਾਰਾਂ ਨੇ ਮੇਰੀ ਈਮੇਲ ਦੇ ਉੱਪਰ editor@punjabnawa.com ਦੇ ਉੱਪਰ ਕੁਛ ਸਵਾਲਾਤ ਆਏ ਸੀ। ਮਤਲਬ ਉਹਨਾਂ ਵਿੱਚੋਂ ਮੈਂ ਇੱਕ ਦੋ ਸਵਾਲ ਚੁਣੇ ਨੇ ਜਿਹੜੇ ਮੈਂ ਤੁਹਾਡੇ ਸਨਮੁਖ ਰੱਖਾਂਗਾ, ਤੁਸੀਂ ਉਹਦੇ ਵਿੱਚ ਕਲੈਰਿਟੀ ਦਿਓ। ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਬੱਚੇ ਚੁਣ ਕੇ ਆਏ ਨੇ, ਜਿਹਨਾਂ ਨੇ ਟੈਸਟ ਕਲੀਅਰ ਕਰ ਲਿਆ, ਮੈਰਿਟ ਵਿੱਚ ਆ ਚੁੱਕੇ ਨੇ, ਜਿਹਨਾਂ ਨੂੰ ਸਰਕਾਰ ਵੱਲੋਂ ਚਿੱਠੀਆਂ ਮਿਲ ਚੁੱਕੀਆਂ ਨੇ, ਨਿਯੁਕਤੀ ਪੱਤਰ ਮਿਲ ਚੁੱਕੇ ਨੇ, ਉਹ ਇਹ ਸਾਰਾ ਕੁਛ ਜੋ ਸਟੇ ਆਰਡਰ ਲੱਗ ਗਿਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਫੌਰੀ ਤੌਰ ਤੇ ਰੋਕ ਦਿੱਤਾ ਗਿਆ ਸਾਰਾ ਕੁਛ, ਤਾਂ ਉਹ ਆਪਣੀਆਂ ਵਾਪਸ ਜਿਹੜੀਆਂ ਛੱਡ ਕੇ ਆਏ ਨੌਕਰੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਵਾਪਸ ਲੈ ਸਕਦੇ ਨੇ, ਜਾਂ ਉਹ ਕੀ ਰਸਤਾ ਅਪਣਾ ਸਕਦੇ ਨੇ ਤਾਂ ਕਿ ਉਹ ਇਸ ਤਣਾਅ ਤੋਂ ਕਿਸੇ ਤਰੀਕੇ ਨਾਲ ਸੁਰਖਰੂ ਹੋ ਸਕਣ? ਸਮਝ ਜੀ, ਮੋਟੇ ਤੌਰ ਦੇ ਉੱਤੇ ਤਿੰਨ ਸਥਿਤੀਆਂ ਬਣਦੀਆਂ ਇਸ ਵਿੱਚ। ਇੱਕ ਸਥਿਤੀ ਤਾਂ ਇਹ ਬਣਦੀ ਹੈ ਵੀ ਜੇਕਰ ਉਹਨਾਂ ਦਾ ਜਿਹੜਾ ਪ੍ਰੀਵੀਅਸ ਇੰਪਲਾਇਰ ਹੈਗਾ ਉਹਨਾਂ ਨੇ ਉਹਨਾਂ ਦਾ ਰੈਜ਼ਿਗਨੇਸ਼ਨ ਐਕਸੈਪਟ ਨਹੀਂ ਕੀਤਾ, ਤਾਂ ਉਸ ਨੂੰ ਉਹ ਪ੍ਰਤੀ ਬੇਨਤੀ ਲਗਾ ਸਕਦੇ ਹਾਂ ਕਿ ਸਾਡਾ ਹਾਈ ਕੋਰਟ ਦੇ ਵਿੱਚ ਮਾਮਲਾ ਫਿਲਹਾਲ ਲਟਕਿਆ ਹੋਇਆ ਹੈ, ਇਸ ਕਰਕੇ ਜਿਹੜਾ ਹੈ ਮੈਂ ਆਪਣਾ ਰੈਜ਼ਿਗਨੇਸ਼ਨ ਵਾਪਸ ਲੈਣਾ ਚਾਹੁੰਦਾ ਹਾਂ। ਅਤੇ ਜਿੰਨੀ ਦੇਰ ਤੱਕ ਕੋਈ ਵੀ ਰੈਜ਼ਿਗਨੇਸ਼ਨ ਐਕਸੈਪਟ ਨਾ ਹੋਵੇ ਤਾਂ ਕੋਈ ਵੀ ਮੁਲਾਜ਼ਮ ਜਿਹੜਾ ਹੈ, ਕਰਮਚਾਰੀ ਜਿਹੜਾ ਹੈ, ਅਧਿਕਾਰੀ ਜਿਹੜਾ ਹੈਗਾ, ਉਹ ਆਪਣਾ ਅਸਤੀਫਾ ਜਿਹੜਾ ਹੈਗਾ ਵਾਪਸ ਲੈ ਸਕਦਾ ਹੈ। ਇੱਕ ਸਥਿਤੀ ਤਾਂ ਇਹ ਆ। ਦੂਜੀ ਸਥਿਤੀ ਇਹ ਆ ਵੀ ਜੇਕਰ ਉਹਨਾਂ ਦਾ ਮੰਨ ਲਓ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ, ਤਾਂ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਪ੍ਰਤੀ ਬੇਨਤੀ ਲਿਖਣੀ ਚਾਹੀਦੀ ਹੈ ਕਿ ਤੁਹਾਡੇ ਇਸ ਕਾਰਨ ਕਰਕੇ ਜਿਹੜਾ ਹੈਗਾ ਮੇਰਾ ਪੁਰਾਣਾ ਜਿਹੜਾ ਵਿਭਾਗ ਸੀ ਉਸਨੇ ਮੇਰਾ ਅਸਤੀਫਾ ਜਿਹੜਾ ਹੈ ਸਵੀਕਾਰ ਕਰ ਲਿਆ, ਅਤੇ ਜਿਸ ਸਮੇਂ ਮੈਂ ਅਸਤੀਫਾ ਦਿੱਤਾ ਸੀ ਉਸ ਸਮੇਂ ਜਿਹੜੀ ਸੀ ਕੋਈ ਸਟੇ ਆਰਡਰ ਹਾਈ ਕੋਰਟ ਦੇ ਜਾਰੀ ਨਹੀਂ ਸੀ ਹੋਏ, ਤਾਂ ਕਾਇੰਡਲੀ ਸਟੇਟ ਇੰਟਰਵੀਨ ਕਰੇ, ਅਤੇ ਜੇ ਇਹ ਇੱਕ ਵਿਸ਼ੇਸ਼ ਸਥਿਤੀ ਦੇ ਵਿੱਚ ਜਿਹੜਾ ਮੇਰਾ ਅਸਤੀਫਾ ਉਹਨਾਂ ਨੇ ਸਵੀਕਾਰ ਕੀਤਾ ਹੈ ਉਸਨੂੰ ਵਾਪਸ ਜਿਹੜਾ ਹੈਗਾ ਉਹ ਦੇਣ ਦੀ ਆਗਿਆ ਜਿਹੜੀ ਹੈ ਮੈਨੂੰ ਦਿੱਤੀ ਜਾਵੇ। ਜੇਕਰ ਸਟੇਟ ਇੰਟਰਫੇਅਰ ਕਰਦੀ ਹੈ ਤਾਂ ਠੀਕ ਹੈ, ਤਾਂ ਉਸਦੀ ਮਦਦ ਦੇ ਨਾਲ ਜਿਹੜਾ ਹੈਗਾ ਇਹ ਪਹਿਲਾਂ ਵਾਲੀ ਸਟੇਟਸ ਕੋ ਸਥਿਤੀ ਜਿਹੜੀ ਹੈ ਆਪਣੀ ਪੁਰਾਣੀ ਪੋਸਟ ਦੇ ਉੱਤੇ ਉਹ ਬਹਾਲ ਹੋ ਸਕਦਾ ਹੈ। ਤੀਸਰੀ ਜਿਹੜੀ ਗੱਲ ਹੈ ਸਥਿਤੀ ਇਹ ਹੈ ਵੀ ਜੇਕਰ ਸਟੇਟ ਵੀ ਇਹਦੇ ਵਿੱਚ ਕੋਈ ਖਾਸ ਮਦਦ ਨਹੀਂ ਕਰਦੀ ਹੈ, ਉਸਦਾ ਅਸਤੀਫਾ ਵੀ ਪ੍ਰਵਾਨ ਹੋ ਚੁੱਕਿਆ ਹੈ, ਫਿਰ ਉਸਨੂੰ ਕੋਰਟ ਦਾ ਵੀ ਥੋੜ੍ਹਾ ਸਹਾਰਾ ਲਿਆ ਜਾ ਸਕਦਾ ਹੈ ਕਿ ਕੋਰਟ ਵਿੱਚ ਜਾ ਕੇ ਉਹ ਸਥਿਤੀ ਦੱਸੇ ਕਿ ਜਾਂ ਤਾਂ ਮੈਨੂੰ ਨਵੀਂ ਸਿਲੈਕਸ਼ਨ ਦੇ ਉੱਤੇ ਜਿਹੜਾ ਹੈਗਾ ਮੇਰੀ ਅਗਲੇਰੀ ਕਾਰਵਾਈ ਕਰਕੇ ਮੈਨੂੰ ਜੁਆਇਨ ਕਰਾਇਆ ਜਾਵੇ, ਨਹੀਂ ਮੇਰਾ ਜਿਹੜਾ ਪਿਛਲੀ ਜਿਹੜਾ ਮੇਰੀ ਪੋਸਟਿੰਗ ਹੈਗੀ ਆ ਮੈਨੂੰ ਉੱਥੇ ਜਿਹੜਾ ਮੇਰਾ ਅਸਤੀਫਾ ਹੈ ਉਸ ਨੂੰ ਜਿਹੜਾ ਹੈਗਾ ਇਨ ਦੀ ਲਾਰਜਰ ਇੰਟਰਸਟ ਆਫ ਦੀ ਜਿਹੜਾ ਹੈਗਾ ਕੈਂਡੀਡੇਟ ਉਸਨੂੰ ਜਿਹੜਾ ਹੈਗਾ ਵਿਦਡਰਾਅ ਕਰਨ ਦੇ ਲਈ ਜਿਹੜੀ ਮੈਨੇਜਮੈਂਟ ਆ ਉੱਥੋਂ ਦੀ ਜਾਂ ਉੱਥੇ ਦੀ ਏਜੰਸੀ ਹੈ ਜਿਹੜੀ ਕਾਰਪੋਰੇਸ਼ਨ ਜਿਹੜੀ ਹੈ ਜਾਂ ਕੋਈ ਵੀ ਅਦਾਰਾ ਜਿਹੜਾ ਹੈਗਾ ਉਸਨੂੰ ਰਿਸਪੋਂਡੈਂਟ ਬਣਾ ਕੇ ਡਾਇਰੈਕਸ਼ਨ ਇਸ਼ੂ ਕਰਾਈਆਂ ਜਾਣ ਕਿ ਇਹਦਾ ਜਿਹੜਾ ਰੈਜ਼ਿਗਨੇਸ਼ਨ ਹੈ ਅੰਡਰ ਸਪੈਸ਼ਲ ਸਰਕਮਸਟਾਂਸਿਸ ਜਿਹੜਾ ਹੈਗਾ ਉਹ ਰੱਦ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੁਬਾਰਾ ਜੁਆਇਨ ਕਰਵਾਉਣ ਦੀ ਜਿਹੜੀ ਡਾਇਰੈਕਸ਼ਨ ਇਸ਼ੂ ਕੀਤੀਆਂ ਜਾਂਦੀਆਂ ਨੇ। ਸੋ ਤਿੰਨ ਸਥਿਤੀਆਂ ਜਿਹੋ ਜਿਹੋ ਜੀ ਕਿਸੇ ਵੀ ਹਰ ਇੱਕ ਦੀ ਆਪੋ ਆਪਣੀ ਸਥਿਤੀ ਹੋਏਗੀ, ਆਪੋ ਆਪਣਾ ਇੰਪਲਾਇਰ ਹੋਏਗਾ, ਆਪੋ ਆਪਣੇ ਸੋਰਸਿਸ ਤੋਂ ਆਏ ਹੋਏ ਹੋਣਗੇ, ਸਾਰਿਆਂ ਦਾ ਇੱਕੋ ਸੋਰਸ ਨਹੀਂ ਹੋਏਗਾ। ਸੋ ਜਿਹੜੀ ਵੀ ਸਥਿਤੀ ਜਿਸਨੂੰ ਠੀਕ ਲੱਗਦੀ ਹੈ ਇਹਨਾਂ ਤਿੰਨਾਂ ਵਿੱਚੋਂ ਉਸ ਦੇ ਲਈ ਜਿਹੜਾ ਹੈਗਾ ਉਸਨੂੰ ਪ੍ਰੋਸੀਡ ਕਰ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਇਸ ਦੇ ਵਿੱਚ ਇਹ ਸਰਟਨਟੀ ਤਾਂ ਨਹੀਂ ਹੈ, ਕੋਈ ਪਤਾ ਨਹੀਂ ਹੈ ਕਿ ਇਹ ਮੈਟਰ ਜਿਹੜਾ ਹੈਗਾ ਜਦੋਂ ਕੋਰਟ ਦੇ ਵਿੱਚ ਡਿਊ ਹੈਗਾ, ਪੈਂਡਿੰਗ ਹੈਗਾ, ਤਾਂ ਇਹ ਕਦੋਂ ਇਸ ਦਾ ਜਿਹੜਾ ਹੈ ਅੰਤਮ ਦਰਨਾ ਜਿਹੜਾ ਹੈ ਆਏਗਾ। ਇਸ ਲਈ ਜਿਹੜਾ ਹੈਗਾ ਇਹਨਾਂ ਤਿੰਨਾਂ ਸਥਿਤੀਆਂ ਵਿੱਚੋਂ ਜੋ ਵੀ ਉਹਨੂੰ ਉਚਿਤ ਲੱਗਦਾ ਹੋਵੇ ਉਸਨੂੰ ਅਪਣਾ ਲੈਣਾ ਚਾਹੀਦਾ ਹੈ। ਸਮਝ ਜੀ ਸਰ, ਇੱਕ ਸਵਾਲ ਹੋਰ ਬੜਾ ਇੰਪੋਰਟੈਂਟ ਆਇਆ, ਤੁਸੀਂ ਬਹੁਤ ਵਧੀਆ ਸਾਨੂੰ ਸਫਾਈ ਦਿੱਤੀ ਆ। ਉਹਦੇ ਵਿੱਚ ਆਇਆ ਕਿ ਜਿਹੜੇ ਬੱਚੇ ਸਿਲੈਕਟ ਹੋਏ ਨੇ
ਉਹ ਕਹਿ ਰਹੇ ਨੇ ਕਿ ਜਿਹੜੇ GNDU ਯੂਨੀਵਰਸਿਟੀ ਹੈ ਉਹ ਜਿਹੜੀ ਰਿਜ਼ਰਵੇਸ਼ਨ ਦੇ ਉੱਪਰ ਫਾਰਮੂਲਾ ਵਰਟੀਕਲ ਲਗਾ ਰਹੀ ਹੈ ਔਰ ਪੰਜਾਬੀ ਯੂਨੀਵਰਸਿਟੀ ਖਾਸ ਤੌਰ ਦੇ ਉੱਪਰ ਹੋਰੀਜ਼ੋਂਟਲ ਹੋ ਕੇ ਚੱਲ ਰਹੀ ਹੈਗੀ ਆ ਇਹਦੇ ਉੱਪਰ ਕੀ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਦੇਣਾ ਚਾਹੀਦਾ ਜਾਂ ਉਹ ਕੀ ਕਰਨ ਇਹਦੇ ਵਿੱਚ ਕੋਈ ਇਸ ਤਰ੍ਹਾਂ ਹੈਗਾ ਕਿ ਉਹਨਾਂ ਨੇ ਤਾਂ ਬਣਾਇਆ ਹੈਗਾ ਸੀ ਇੱਕ ਤਰੀਕੇ ਨਾਲ ਰਿਜ਼ਲਟ ਤੋ ਰਿਜ਼ਲਟ ਦੇ ਹਿਸਾਬ ਦੇ ਨਾਲ ਜਿਹੜੀਆਂ ਨੀਤੀਆਂ ਨੇ ਉਹ ਯੂਨੀਵਰਸਿਟੀ ਨੇ ਆਪਣੀਆਂ ਜਿਹੜੀਆਂ ਸਿੰਡੀਕੇਟ ਦੇ ਵਿੱਚ ਕੋਈ ਬਣਾਈਆਂ ਹੁੰਦੀਆਂ ਨੇ ਰਾਖਵੇਂ ਕਰਨ ਦੀਆਂ ਨੀਤੀਆਂ ਉਹ ਇਸ ਰਿਜ਼ਲਟ ਦੇ ਉੱਤੇ ਤਾਂ ਲਾਗੂ ਨਹੀਂ ਹੁੰਦੀਆਂ ਤੋ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਰਿਜ਼ਰਵੇਸ਼ਨ ਦੇ ਸੰਬੰਧ ਵਿੱਚ ਉਹੀ ਲਾਗੂ ਹੁੰਦੀਆਂ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਯੂਨੀਵਰਸਿਟੀ ਦੇ ਆਪਣੇ ਆਟੋਨਮਸ ਪ੍ਰਬੰਧ ਨੇ ਉਹਦੇ ਕਾਰਨ ਕਈ ਦਫ਼ਾ ਓਵਰਲੈਪ ਹੋ ਜਾਂਦਾ ਲੇਕਿਨ ਉਸ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਉਚੇਰੀ ਸਿੱਖਿਆ ਵਿਭਾਗ ਜਿਹੜਾ ਹੈਗਾ ਉਸ ਨੂੰ ਰਿਵਿਊ ਕਰ ਲਏਗਾ ਉਸ ਨੂੰ ਸਕਰੂਟਨਾਈਜ਼ ਕਰ ਲਏਗਾ ਬੇਸਿਕਲੀ ਤਾਂ ਇਹ ਦੋਨੋਂ ਹੀ ਨੇ ਵਰਟੀਕਲ ਵੀ ਹੁੰਦੀ ਹੈ ਰਿਜ਼ਰਵੇਸ਼ਨ ਅਤੇ ਹੋਰੀਜੈਂਟਲ ਵੀ ਹੁੰਦੀ ਆ ਤੋ ਉਹ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਪ੍ਰਬੰਧ ਆ ਜਿਹੜਾ ਵਰਟੀਕਲ ਅਤੇ ਹੋਰੀਜੈਂਟਲ ਵਾਲਾ ਉਹ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹ ਬਿਹਤਰ ਜਾਣਦੇ ਹੁੰਦੇ ਆ ਅਤੇ ਜੇ ਕਿਸੇ ਵੀ ਜਿਹੜਾ ਹੈ ਚੁਣੇ ਹੋਏ ਉਮੀਦਵਾਰ ਦੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਉਸਨੂੰ ਲੱਗਦੀ ਹੈ ਤਾਂ ਉਹ ਆਪਣੀ ਲਿਖਤੀ ਪ੍ਰਤੀ ਬੇਨਤੀ ਜਿਹੜੀ ਹੈਗੀ ਆ ਉਚੇਰੀ ਸਿੱਖਿਆ ਵਿਭਾਗ ਨੂੰ ਦੇਵੇ ਵਿਦ ਜਿਹੜਾ ਹੈਗਾ ਆਪਣਾ ਤੱਥ ਔਰ ਰੂਲ ਦੇ ਹਿਸਾਬ ਨਾਲ ਉਸ ਤੋਂ ਬਾਅਦ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀ ਜਿਹੜੇ ਆ ਉਹਦੀ ਪ੍ਰੋਪਰ ਐਪਲੀਕੇਸ਼ਨ ਕਰਕੇ ਦੇਖ ਲੈਣਗੇ ਕਿ ਜੋ ਕੁਛ ਰਿਲੀਫ ਜਿਹੜਾ ਹੈ ਪ੍ਰਤੀ ਬੇਨਤੀ ਦੇ ਵਿੱਚ ਉਮੀਦਵਾਰ ਮੰਗ ਰਿਹਾ ਉਹ ਬਣਦਾ ਹੈ ਜਾਂ ਨਹੀਂ ਬਣਦਾ ਹੈ ਲੇਕਿਨ ਉਸ ਤੋਂ ਬਾਅਦ ਫਿਰ ਉਹੀ ਗੱਲ ਹੈਗੀ ਆ ਜੇਕਰ ਤਾਂ ਉਹ ਸਹਿਮਤ ਹੋ ਜਾਂਦਾ ਵਿਦਿਆਰਥੀ ਠੀਕ ਹੈ ਲੇਕਿਨ ਜੇ ਵਿਭਾਗ ਦੇ ਜਿਹੜੇ ਹੈਗੇ ਆ ਉਹ ਫੈਸਲੇ ਨਾਲ ਨਹੀਂ ਸਹਿਮਤ ਹੁੰਦਾ ਤਾਂ ਉਹ ਕੋਰਟ ਤੋਂ ਵੀ ਆਪਣੇ ਰਿਲੀਫ ਦੀ ਜਿਹੜੀ ਹੈਗੀ ਆ ਉਹ ਮੰਗ ਕਰ ਸਕਦਾ ਹੈ ਸਮਝ ਜੀ ਬਹੁਤ ਬਿਹਤਰ ਜਗਮੋਹਨ ਜੀ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਕਰਨੀ ਹੈ ਸ਼ਾਮ ਨੂੰ ਮੈਂ ਅੱਜ ਵੈਬਸਾਈਟਸ ਤੇ ਦੇਖ ਰਿਹਾ ਸੀ ਦੋ ਚਾਰ ਅਖਬਾਰ ਵੀ ਮੇਨ ਸਟ੍ਰੀਮ ਮੀਡੀਆ ਤੇ ਪੇਪਰ ਲੀਕ ਦੀ ਗੱਲ ਕਾਫੀ ਚਰਚਾ ਵਿੱਚ ਆ ਗਈ ਹੈ ਤੇ ਕੀ ਇਹਦੇ ਉੱਤੇ ਵੀ ਇਨਕੁਆਇਰੀ ਹੋ ਸਕਦੀ ਹੈ ਔਰ ਕਿਸ ਤਰ੍ਹਾਂ ਦੀ ਜਗਮੋਹਨ ਜੀ ਦੇਖੋ ਜਿਹੜੇ ਵਿਦਿਆਰਥੀਆਂ ਦੀਆਂ ਮੰਨ ਲਓ ਐਲੀਗੇਸ਼ਨ ਨੇ ਆਰੋਪ ਨੇ ਜਿਹੜੇ ਲੈਵਲ ਕੀਤੀਆਂ ਉਹਨਾਂ ਨੇ ਜਾਂ ਇਹ ਕਹਿ ਲਓ ਕਿ ਉਹਨਾਂ ਨੇ ਕੁਝ ਪ੍ਰਤੀ ਬੇਨਤੀਆਂ ਦਿੱਤੀਆਂ ਨੇ ਜੇ ਉਹਨਾਂ ਦੇ ਵਿੱਚ ਕੋਈ ਕਲਿੰਚਿੰਗ ਐਵੀਡੈਂਸ ਹੋਏਗਾ ਕੋਈ ਐਸਾ ਐਵੀਡੈਂਸ ਹੋਏਗਾ ਜਿਹੜਾ ਪ੍ਰੇਮਾ ਫਸਈ ਇਸ ਗੱਲ ਵੱਲ ਜਿਹੜਾ ਹੈਗਾ ਸੰਕੇਤ ਕਰਦਾ ਹੋਏਗਾ ਕਿ ਐਸਾ ਕੁਛ ਹੋ ਸਕਦਾ ਠੀਕ ਹੈ ਨਾ ਫਿਰ ਤਾਂ ਜਿਹੜਾ ਹੈਗਾ ਇਹ ਇੱਕ ਤਰੀਕੇ ਦਾ ਕ੍ਰਿਮੀਨਲ ਐਕਟ ਹੋਏਗਾ ਇਹ ਬੜੀ ਸੰਗੀਨ ਜੇ ਕਿਸਮ ਦੀ ਗੱਲ ਹੋਏਗੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾ ਬੜਾ ਰੇਅਰਲੀ ਕਦੇ ਹੁੰਦਾ ਤੇ ਜੇਕਰ ਜਿਹੜਾ ਪ੍ਰਿੰਟ ਮੀਡੀਆ ਨੇ ਇਸ ਤਰ੍ਹਾਂ ਦਾ ਆਪਣੇ ਕੋਈ ਜਿਹੜੇ ਹੈ ਪੁਖਤਾ ਸਬੂਤਾਂ ਦੇ ਆਧਾਰ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਮੀਡੀਆ ਦੇ ਵਿੱਚ ਲਿਆਂਦੀ ਹੈ ਪ੍ਰਿੰਟ ਮੀਡੀਆ ਨੇ ਮੈਂ ਵੀ ਇਹ ਰਿਪੋਰਟ ਪੜ੍ਹੀ ਸੀ HT ਨੇ ਇਸ ਦਾ ਦਾਅਵਾ ਕੀਤਾ ਤੇ ਇਹ ਵੀ ਨਾਲ ਉਹਨਾਂ ਨੇ ਇਹ ਕਿਹਾ ਕਿ ਇਸ ਸੰਦੇਹ ਦੇ ਆਧਾਰ ਦੇ ਉੱਤੇ ਜਿਹੜਾ ਪੰਜਾਬੀ ਵਿਸ਼ੇ ਦਾ ਰਿਜ਼ਲਟ ਆ ਉਹ ਜਿਹੜਾ ਸਟਾਲ ਕਰ ਦਿੱਤਾ ਗਿਆ ਹੈ ਹੁਣ ਇਹ ਕਿੱਥੋਂ ਤੱਕ ਉਹਨਾਂ ਦੇ ਸੋਰਸਿਸ ਪੁਖਤਾ ਨੇ ਇਹਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਲੇਕਿਨ ਜੇ ਇਹ ਗੱਲ ਹੈ ਤਾਂ ਇਹ ਇੱਕ ਕ੍ਰਿਮੀਨਲ ਐਕਟ ਆ ਤਾਂ ਇਸ ਦੀ ਹੋ ਸਕਦਾ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸਰਕਾਰ ਆ ਉਹ ਇਸ ਦੀ ਕੋਈ ਜਾਂਚ ਜਿਹੜੀ ਹੈਗੀ ਆ ਉਹ ਕਿਸੇ ਐਸੀ ਜਾਂਚ ਏਜੰਸੀ ਤੋਂ ਕਰਵਾਵੇ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਸ ਨੂੰ ਕਰਨ ਦੇ ਵਿੱਚ ਮਾਹਰ ਹੋਵੇ ਉਹ ਵਿਜੀਲੈਂਸ ਵਿਭਾਗ ਵੀ ਹੋ ਸਕਦਾ ਉਹ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਹੋ ਸਕਦੀ ਆ ਉਹ CID ਵੀ ਹੋ ਸਕਦੀ ਆ ਜਾਂ ਕੋਈ ਹੋਰ ਏਜੰਸੀ ਜਿਹੜੀ ਆ ਉਹ ਵੀ ਹੋ ਸਕਦੀ ਹੈ ਸਮਝ ਜੀ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਇਨਕੁਆਇਰੀ ਕਰਵਾ ਸਕਦੀ ਹੈ ਆਪਣੇ ਡਿਪਾਰਟਮੈਂਟਸ ਤੋਂ ਪਰ ਕੱਲ ਹੀ ਲੰਘੇ ਦਿਨਾਂ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਆਪਣੇ ਟਵੀਟ ਦੇ ਉੱਪਰ ਇੱਕ ਦਾਅਵਾ ਕੀਤਾ ਸੀ ਕਿ ਜੋ ਵੀ ਨਿਯੁਕਤੀਆਂ ਹੋਈਆਂ ਨੇ ਉਹ ਬਹੁਤ ਸਫਾਈ ਨਾਲ ਔਰ ਬਹੁਤ ਟਰਾਂਸਪੇਰੈਂਟ ਮੈਨਰ ਨਾਲ ਹੋਈਆਂ ਨੇ ਔਰ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਪੰਜਾਬੀ ਦੀ ਜੋ ਇਹ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਮੈਥ ਵਾਲੀ ਗੱਲ ਵੀ ਬਹੁਤ ਵੱਡੇ ਲੈਵਲ ਦੇ ਉੱਪਰ ਹੈਗੀ ਆ ਕਿਉਂਕਿ 2021 ਦਾ ਜਿਹੜਾ ਮਾਸਟਰ ਟੀਚਰ ਕੈਡਰ ਦਾ ਹੋਇਆ ਸੀਗਾ ਪੇਪਰ ਔਰ ਪਿਛਲੇ ਸਾਲ ਵੀ ਜਿਹੜਾ ਲੈਕਚਰ ਵਾਲਾ ਹੋਇਆ ਸੀ ਉਹਦੇ ਵਿੱਚ ਬਹੁਤ ਵੱਡਾ ਪੋਰਸ਼ਨ ਚੱਕ ਕੇ ਐਜ਼ ਇਟ ਇਜ਼ ਛਪਿਆ ਹੋਇਆ ਉਹ ਵੀ ਇੱਕ ਬੜਾ ਵੱਡਾ ਚੀਜ਼ ਉੱਠ ਰਹੀ ਆ ਹਾਲੇ ਉਹਦੇ ਵਿੱਚ ਸ਼ਾਇਦ ਅੱਜ ਕੋਈ ਤਰੀਕ ਹੈ ਹਾਈਕੋਰਟ ਦੇ ਵਿੱਚ ਪਰ ਮੈਂ ਇਹ ਜਾਣਨਾ ਚਾਹ ਰਿਹਾ ਕਿ ਜੇ ਪ੍ਰਗਟ ਸਿੰਘ ਹੋਰਾਂ ਸੋਰੀ HT ਦੇ ਵਿੱਚ ਇਹ ਖਬਰ ਆ ਚੁੱਕੀ ਹੈ ਔਰ ਮੰਤਰੀ ਸਾਹਿਬ ਵੀ ਇਹਦੇ ਤੇ ਜਾ ਸਕਦੇ ਨੇ ਕਿ CBI ਦੀ ਇਨਕੁਆਇਰੀ ਵੀ ਇਹਦੇ ਉੱਤੇ ਆ ਸਕਦੀ ਹੈ ਕਿ CBI ਇਸ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਦੀ ਇਨਕੁਆਇਰੀ ਕਰਨ ਲਈ ਆ ਸਕਦੀ ਹੈ ਪੇਪਰ ਲੀਕ ਕਿਉਂਕਿ ਬਹੁਤ ਵੱਡਾ ਮਸੂਦਾ ਹੋ ਜਾਂਦਾ ਹੈ ਦੇਖੋ ਇਹਦੇ ਵਿੱਚ ਇਹ ਹੈ ਜਿੱਥੋਂ ਤੱਕ ਮੇਰੀ ਸਮਝ ਔਰ ਗਿਆਨ ਕੰਮ ਕਰਦਾ ਉਹ ਹੈ ਕਿ ਪੰਜਾਬ ਸਰਕਾਰ ਦਾ ਦੇਖੋ ਇਸ ਤਰ੍ਹਾਂ ਦੀ ਇਨਕੁਆਇਰੀ ਆਮ ਤੌਰ ਦੇ ਉੱਤੇ ਕਿਆ ਹੁੰਦਾ CBI ਮੈਨੂਅਲ ਆ ਜਿਹੜਾ 2005 ਦਾ
ਜੇਕਰ ਤੁਸੀਂ ਉਸ ਦੀ ਸਟੱਡੀ ਕਰੋ, ਉਸ ਨੂੰ ਪੜ੍ਹੋ, ਤਾਂ ਆਮ ਤੌਰ ਦੇ ਉੱਤੇ ਇੰਟਰਸਟੇਟ ਜਿਹੜੇ ਮੈਟਰਸ ਨੇ ਉਹਨਾਂ ਦੇ ਵਿੱਚ CBI ਜਿਹੜੀ ਹੈ ਪਿਕਚਰ ਦੇ ਵਿੱਚ ਆਉਂਦੀ ਆ। ਦੂਸਰੀ ਉਸ ਦੇ ਉੱਤੇ ਕੰਡੀਸ਼ਨ ਇਹ ਲੱਗੀ ਹੁੰਦੀ ਆ ਕਿ ਜੇ ਇੰਟਰਸਟੇਟ ਮੈਟਰ ਹੈਗਾ ਤਾਂ ਜਿਨ੍ਹਾਂ ਰਾਜਾਂ ਦੇ ਵਿੱਚ ਉਹ ਫੈਲਿਆ ਹੋਇਆ ਰੈਕਟ, ਉਹਨਾਂ ਸਾਰੇ ਰਾਜਾਂ ਦੀ ਸਹਿਮਤੀ ਵੀ ਨਾਲ ਹੋਣੀ ਚਾਹੀਦੀ ਆ। ਤੋ ਇਹਦੇ ਸੰਬੰਧ ਵਿੱਚ ਪਹਿਲੀ ਬੇਨਤੀ ਤਾਂ ਮੇਰੀ ਇਹੀ ਆ ਕਿ ਜੇਕਰ ਇਸ ਤਰ੍ਹਾਂ ਦੇ ਕੁਝ ਓਬਜੈਕਸ਼ਨ ਗਏ ਹੋਏ ਆ, ਪ੍ਰਤੀ ਬੇਨਤੀਆਂ ਗਈਆਂ ਹੋਈਆਂ ਨੇ, ਤੇ ਲੀਕੇਜ ਦੀ ਕੋਈ ਸੰਭਾਵਨਾ, ਕੋਈ ਸੰਕੇਤ ਜਿਹੜੇ ਆ ਨਜ਼ਰ ਆਉਂਦੇ ਆ ਪ੍ਰੇਮਾ ਫਸਈ, ਤੇ ਪੰਜਾਬ ਸਰਕਾਰ ਕਮ ਸੇ ਕਮ CBI ਨੂੰ ਤਾਂ ਇਹ ਇਨਕੁਆਇਰੀ ਨਹੀਂ ਦੇਵੇਗੀ। ਕਾਰਨ ਉਸਦਾ ਇਹ ਹੈਗਾ, ਇੱਕ ਜਨਰਲ ਕੰਸੈਂਟ ਹੁੰਦੀ ਆ ਜਿਹੜੀ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਦੇ ਥੱਲੇ, ਉਹਦੇ ਵਿੱਚ ਜਿਹੜਾ ਹੈ ਸਟੇਟ ਵੱਲੋਂ ਇੱਕ ਪ੍ਰਾਇਰ ਜਿਹੜੀ ਹੈ ਪਹਿਲਾਂ ਹੀ ਇੱਕ ਜਨਰਲ ਕੰਸੈਂਟ ਦਿੱਤੀ ਹੁੰਦੀ ਆ, ਉਹ ਪੰਜਾਬ ਸਰਕਾਰ ਨੇ ਵਾਪਸ ਲਈ ਹੋਈ ਆ। ਹੋਰ ਵੀ ਬਹੁਤ ਸਾਰੇ ਰਾਜਾਂ ਨੇ ਜਿਵੇਂ ਵੈਸਟ ਬੰਗਾਲ ਆ, ਉਹਨਾਂ ਨੇ ਵੀ ਵਾਪਸ ਲਈ ਹੋਈ ਆ, ਤੇ ਸ਼ਾਇਦ ਮਹਾਰਾਸ਼ਟਰ ਜਿਹੜਾ ਹੈ ਉਹਨੇ ਵੀ ਵਾਪਸ ਲਈ ਹੋਈ ਆ। ਤੋ ਜਿਹੜੇ ਰਾਜਾਂ ਦੀ ਜਨਰਲ ਕੰਸੈਂਟ ਨਹੀਂ ਹੁੰਦੀ, ਆਪਣੇ ਆਪ ਤਾਂ CBI ਇਹਦੇ ਵਿੱਚ ਇੰਟਰਫੇਅਰ ਕਰ ਨਹੀਂ ਸਕਦੀ। ਦੂਸਰੀ ਗੱਲ ਇਹਦੇ ਵਿੱਚ ਇਹ ਆਉਂਦੀ ਆ ਕਿ ਪੰਜਾਬ ਸਰਕਾਰ ਦੇ ਸਕਦੀ ਆ ਉਹਨਾਂ ਨੂੰ, ਲੇਕਿਨ ਪੰਜਾਬ ਸਰਕਾਰ ਦੇਵੇਗੀ ਨਹੀਂ। ਉਹਦਾ ਕਾਰਨ ਤੁਸੀਂ ਸ਼ਾਇਦ, ਜਿੱਥੇ ਤੱਕ ਮੈਂ ਤੁਹਾਨੂੰ ਲਿਜਾਣਾ ਚਾਹੁੰਦਾ ਕਿ ਤੁਸੀਂ ਜਿਹੜਾ ਹੈ ਬੇਅਦਬੀ ਮੈਟਰਸ ਜਿਹੜੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਇਹ ਪਹਿਲਾਂ CBI ਕੋਲੇ ਸੀ, ਤੋ ਪੰਜਾਬ ਦੀ ਕਾਂਗਰਸ ਸਰਕਾਰ ਨੇ ਤਾਂ ਸਗੋਂ ਉਹ ਵਾਪਸ ਲੈ ਲਿਆ ਸੀ CBI ਕੋਲੋਂ ਕਿ ਸਾਡੇ ਜਿਹੜੇ ਅਫਸਰ ਨੇ ਉਹ ਸਕਸ਼ਮ ਹੈਗੇ ਆ ਇਸ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ। ਇਸੇ ਤਰੀਕੇ ਨਾਲ ਡਰੱਗ ਮੈਟਰਸ ਨੇ, ਤੋ ਡਰੱਗ ਮੈਟਰਸ ਵੀ ਜਿਹੜੇ ਹੈ ਉਹ ਸਾਡੇ CBI ਦੇ ਕੋਲੇ ਨਹੀਂ ਹੈ, ਨਾ ਹੀ ਸਾਡਾ ਇਹ ਮੈਟਰ CBI ਦੇ ਕੋਲੇ ਆ। ਤੋ ਇਹਦਾ ਸਕੇਲ ਜਿਹੜਾ ਹੈ ਸ਼ਾਇਦ ਉਤਨਾ ਵੱਡਾ ਤਾਂ ਨਹੀਂ ਹੈ, ਇਸ ਜੇ ਲੀਕੇਜ ਹੋਈ ਵੀ ਹੋਈ ਤਾਂ ਇਹ ਬਹੁਤ ਜ਼ਿਆਦਾ ਇੰਟਰਸਟੇਟ ਫੈਲਿਆ ਹੋਇਆ ਹੋਊਗਾ, ਇਸ ਤਰ੍ਹਾਂ ਦੀ ਗੱਲ ਤਾਂ ਕੋਈ ਘੱਟ ਹੋਊਗੀ। ਬਹੁਤ ਘੱਟ ਕੈਂਡੀਡੇਟ ਹੋਣਗੇ ਜਿਹੜੇ ਕਿਸੇ ਹੋਰ ਰਾਜਾਂ 'ਚੋਂ ਪੰਜਾਬੀ ਵਿਸ਼ੇ ਦੇ ਵਿੱਚ ਹੋਣਗੇ, ਅਤੇ ਬਹੁਤ ਹੀ ਘੱਟ ਕੋਈ ਐਗਜ਼ਾਮੀਨਰ ਜਾਂ ਪੇਪਰ ਸੈਟਰ ਹੋ ਸਕਦਾ ਜਿਹੜਾ ਕਿ ਪੰਜਾਬ ਰਾਜ ਤੋਂ ਬਾਹਰ ਜਿਹੜਾ ਹੈਗਾ ਹੋਵੇ। ਇਸ ਲਈ ਇਹਦੀ ਸੰਭਾਵਨਾ ਤਾਂ ਮੈਨੂੰ ਘੱਟ ਲੱਗਦੀ ਹੈ। ਪਰ ਜੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਇਰ ਕਰ ਦਿੱਤੀ ਅਤੇ ਆਪਣੇ ਓਬਜੈਕਸ਼ਨ ਜਿਹੜੇ ਨੇ ਇਸ ਪੱਖ ਤੋਂ ਉਹਨਾਂ ਨੇ ਫਾਈਲ ਕਰ ਦਿੱਤੇ, ਅਤੇ ਕਲਿੰਚਿੰਗ ਐਵੀਡੈਂਸ ਵੀ ਉਹਨਾਂ ਦੇ ਕੋਲੇ ਹੋਇਆ ਕਿ ਵਾਕਈ ਇਸ ਦੇ ਵਿੱਚ ਜਿਹੜੀ ਲੀਕੇਜ ਹੋਈ ਆ, ਤਾਂ ਫਿਰ ਜਿਹੜਾ ਹੈਗਾ ਹਾਈ ਕੋਰਟ, ਮਾਨਯੋਗ ਹਾਈ ਕੋਰਟ ਕੋਲੇ ਇਹ ਪਾਵਰ ਹੈਗੀ ਆ ਕਿ ਉਹ CBI ਇਨਕੁਆਇਰੀ ਜਿਹੜੀ ਆ ਉਹ ਕਰਵਾ ਸਕਦੀ। ਸਮਝ ਜੀ ਸਰ, ਜੇ ਹਾਈ ਕੋਰਟ ਕੋਲੇ ਪਾਵਰ ਹੈਗੀ ਆ ਔਰ ਏਡਾ ਵੱਡਾ ਕਦਮ ਹਾਈ ਕੋਰਟ ਚੱਕਣ ਨੂੰ ਆਖ ਦਿੰਦੀ ਆ, ਹੁਕਮ ਕਰ ਦਿੰਦੀ ਆ, ਫਿਰ ਇਹਦੇ ਨਤੀਜੇ ਕੀ ਹੋ ਸਕਦੇ ਨੇ? ਕਿਸ ਕਿਸ ਨੂੰ ਭੁਗਤਣਾ ਪੈ ਸਕਦਾ ਔਰ ਗਾਜ ਕਿਸ ਦੇ ਉੱਤੇ ਡਿੱਗ ਸਕਦੀ ਆ? ਜਗਮੋਹਨ ਜੀ, ਦੇਖੋ ਇਹ ਇੱਕ ਹਾਈਪੋਥੈਟੀਕਲ ਕੁਐਸਚਨ ਆ, ਉਸ ਹਾਈਪੋਥੈਟੀਕਲ ਕੁਐਸਚਨ ਨੂੰ ਪ੍ਰਜ਼ੂਮ ਕਰਕੇ ਆਪਾਂ ਅੱਗੇ ਉਹਦੇ ਕੰਸੀਕੁਐਂਸਿਸ ਦੱਸ ਰਹੇ ਹਾਂ। ਅਜੇ ਇਸ ਗੱਲ ਦਾ ਤਾਂ ਨਹੀਂ ਪਤਾ ਹੈ ਕਿ CBI ਇਨਕੁਆਇਰੀ ਦੀ ਕੋਈ ਉਮੀਦਵਾਰ ਮੰਗ ਕਰੇਗਾ ਜਾਂ ਨਹੀਂ ਕਰੇਗਾ, ਉਹਦੇ ਕੋਲ ਕੋਈ ਐਵੀਡੈਂਸ ਹੋਏਗਾ ਜਾਂ ਨਹੀਂ ਹੋਏਗਾ, ਜਾਂ ਉਸਦੇ ਐਵੀਡੈਂਸ ਦੇ ਨਾਲ ਹਾਈ ਕੋਰਟ ਸਹਿਮਤ ਹੋਏਗਾ ਕਿ ਨਹੀਂ ਹੋਏਗਾ। ਪਰ ਇੱਕ ਹਾਈਪੋਥੈਟੀਕਲ ਕੁਐਸਚਨ ਦੇ ਆਧਾਰ ਦੇ ਉੱਤੇ ਤੁਸੀਂ ਉਸਦੇ ਕੰਸੀਕੁਐਂਸਿਸ ਪੁੱਛਦੇ ਹੋ। ਮੈਂ ਜਨਰਲ ਜੀ ਗੱਲ ਉਹਦੇ ਵਿੱਚ ਇਹ ਦੱਸ ਸਕਦਾ ਕਿ ਉਹਦੇ ਵਿੱਚੋਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮੇਨਲੀ ਪਤਾ ਲੱਗੇਗਾ। ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਇਹ ਹੁੰਦਾ ਚਾਹੇ ਸਾਡੀ ਸਟੇਟ ਦੀ ਵਿਜੀਲੈਂਸ ਇਨਕੁਆਇਰੀ ਆ, ਭਾਵੇਂ ਜਿਹੜੀ ਆ CBI ਦੀ ਇਨਕੁਆਇਰੀ ਆ, ਸਭ ਤੋਂ ਪਹਿਲਾਂ ਪ੍ਰੀਲਿਮਿਨਰੀ ਇਨਕੁਆਇਰੀ ਰਜਿਸਟਰ ਹੁੰਦੀ ਆ, ਉਸ ਤੋਂ ਬਾਅਦ ਉਹ ਰੈਗੂਲਰ ਇਨਕੁਆਇਰੀ ਦੇ ਵਿੱਚ ਕਨਵਰਟ ਹੁੰਦੀ ਆ। ਅਗਰ ਰੈਗੂਲਰ ਇਨਕੁਆਇਰੀ ਦੇ ਦੌਰਾਨ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਐਵੀਡੈਂਸ, ਕੁਲੈਕਸ਼ਨ ਆਫ ਐਵੀਡੈਂਸ ਮਿਲ ਜਾਂਦੇ ਆ ਕਿ ਉਸ ਦੇ ਵਿੱਚ ਜਿਹੜਾ ਹੈ ਕੇਸ ਰਜਿਸਟਰ ਕੀਤਾ ਜਾ ਸਕੇ, ਫਿਰ ਜਿਹੜੀ ਹੈਗੀ ਉਹ FIR ਹੁੰਦੀ ਆ, ਐਂਡ FIR ਤੋਂ ਬਾਅਦ ਉਸਦੀ ਫਰਦਰ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਜਿਹੜੀ ਆ ਹੁੰਦੀ ਆ। ਇਹੀ ਸਟੇਟ ਵਿਜੀਲੈਂਸ ਦਾ ਪ੍ਰੋਸੀਜਰ ਹੈਗਾ, ਇਹੀ CBI ਦਾ ਜਿਹੜਾ ਹੈਗਾ ਪ੍ਰੋਸੀਜਰ ਹੈਗਾ। ਤਾਂ ਉਹਦੇ ਵਿੱਚੋਂ ਤਾਂ ਫਿਰ ਇਹ ਦੇਖਿਆ ਜਾਏਗਾ ਕਿ ਕੌਣ ਕੌਣ ਬੰਦੇ ਜਿਹੜੇ ਹੈਗੇ ਆ ਉਹ ਪੇਪਰ ਲੀਕੇਜ ਵਾਲੇ ਹੈਗੇ ਆ, ਕੀ ਪੇਪਰ ਸੈਟਰ ਦੇ ਲੈਵਲ ਦੇ ਉੱਤੇ ਹੋਇਆ, ਪੇਪਰ ਪ੍ਰਿੰਟਿੰਗ ਦੇ ਲੈਵਲ ਦੇ ਉੱਤੇ ਹੋਇਆ, ਜਾਂ ਜਦੋਂ ਸੈਂਟਰਾਂ ਦੇ ਵਿੱਚ ਪੇਪਰ ਜਾਂਦੇ ਆ ਉਸ ਲੈਵਲ ਦੇ ਉੱਤੇ ਹੋਇਆ, ਕਿਹਨਾਂ ਕਿਹੜੇ ਕਿਹੜੇ ਬੈਨੀਫਿਸ਼ਰੀ ਨੇ ਇਸ ਦੇ ਵਿੱਚ, ਕੋਈ ਏਜੰਟ ਤਾਂ ਨਹੀਂ ਹੈਗਾ ਇਸ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸ਼ਾਮਿਲ ਹੋਵੇ, ਤਾਂ ਸਾਰੇ ਕੋਣ ਜਿਹੜੇ ਨੇ, ਸਾਰੇ ਐਂਗਲ ਜਿਹੜੇ ਨੇ ਉਹ ਇਨਵੈਸਟੀਗੇਸ਼ਨ ਏਜੰਸੀਆਂ ਜਿਹੜੀਆਂ ਨੇ ਉਸ ਨੂੰ ਜਿਹੜਾ ਹੈਗਾ ਇਨਵੈਸਟੀਗੇਟ ਕਰਦੀਆਂ ਨੇ ਤੇ ਫਰੋਲਦੀਆਂ ਨੇ, ਤੇ ਸਾਰੇ ਬੰਦੇ ਜਿਹੜੇ ਜਿਹੜਾ ਜਿਹੜਾ ਬੰਦਾ ਵੀ ਉਹਦੇ ਵਿੱਚ ਆਏਗਾ ਉਹ ਜਿਹੜਾ ਹੈਗਾ ਉਸ ਦੇ ਉੱਤੇ ਪੀਨਲ ਐਕਸ਼ਨ ਜਿਹੜਾ ਹੈਗਾ ਆ ਸਕਦਾ ਹੁੰਦਾ, ਤੇ ਉਸ ਪੀਨਲ ਐਕਸ਼ਨ ਦੇ ਨਾਲ ਨਾਲ ਜਿਹੜੀ ਡੋਮੈਸਟਿਕ ਇਨਕੁਆਇਰੀ ਆ ਉਹਨਾਂ ਦੀ, ਜੇ ਉਹ ਯੂਨੀਵਰਸਿਟੀ ਦੇ ਟੀਚਰਸ ਨੇ, ਅਧਿਕਾਰੀ ਨੇ ਜਾਂ ਕੋਈ ਐਡਮਿਨਿਸਟ੍ਰੇਟਰਸ ਨੇ, ਤਾਂ ਉਹਨਾਂ ਦੇ ਉੱਤੇ ਵੀ ਆ ਸਕਦਾ ਹੁੰਦਾ, ਡੋਮੈਸਟਿਕ ਇਨਕੁਆਇਰੀ ਹੋ ਸਕਦੀ ਹੁੰਦੀ ਆ ਨਾਲ ਨਾਲ ਕ੍ਰਿਮੀਨਲ ਐਕਟ ਦੇ ਤੇ ਪੀਨਲ ਐਕਟ ਦੇ। ਉਹ ਇਸ ਤਰੀਕੇ ਨਾਲ ਜਿਹੜਾ ਹੈਗਾ ਨਾ, ਫਿਰ ਇਹਦਾ ਇਹ ਕਾਫ਼ੀ ਜਿਹੜੀ ਬਰੀਕ ਚੀਜ਼ ਜਿਹੜੀ ਹੈ ਅੱਗੇ ਤੱਕ ਜਾ ਪਹੁੰਚਦੀ ਆ, ਪਰ ਇਹ ਇੱਕ ਹਾਈਪੋਥੈਟੀਕਲ ਗੱਲ ਆ। ਅਜੇ ਨਾ ਇਹ ਪਤਾ ਹੈ ਕਿ ਕਿਸੇ ਉਮੀਦਵਾਰ ਨੇ ਕੋਈ ਹਾਈ ਕੋਰਟ ਤੋਂ ਮੰਗ ਕੀਤੀ ਹੈ ਜਾਂ ਕੋਈ ਪਟੀਸ਼ਨ ਦਾਇਰ ਹੋਈ ਵੀ ਹੈ ਜਾਂ ਨਹੀਂ ਹੋਈ ਵੀ, ਨਾ ਹੀ ਆਪਾਂ ਨੂੰ ਇਹ ਪਤਾ ਕਿ ਇਹਦਾ ਕੋਈ ਕਲਿੰਚਿੰਗ ਐਵੀਡੈਂਸ ਹੈ ਜਾਂ ਨਹੀਂ ਹੈ। ਇਹ ਤਾਂ ਤੁਹਾਨੂੰ ਇੱਕ ਜਨਰਲ ਪ੍ਰੋਸੀਜਰ ਮੈਂ ਦੱਸ ਰਿਹਾ ਵੀ ਅਗਰ ਇਸ ਤਰ੍ਹਾਂ ਦੀ ਚੀਜ਼ ਹੋ ਜਾਂਦੀ ਹੈ
ਤਾਂ ਯੂਜੂਲੀ ਜਿਹੜਾ ਹੈਗਾ ਮੈਟਰ ਇਸ ਤਰੀਕੇ ਦੇ ਨਾਲ ਅੱਗੇ ਐਡਵਾਂਸ ਹੁੰਦਾ ਹੈ। ਸਮਝ ਜੀ, ਫਿਰ ਜ਼ਿੰਮੇਵਾਰੀ ਕਿਸ ਦੀ ਬਣੇਗੀ, ਪੇਪਰ ਸੈਟਰ ਦੀ ਬਣੇਗੀ ਜਾਂ ਵਾਈਸ ਚਾਂਸਲਰ ਦੀ ਬਣੇਗੀ? ਇਹ ਡਿਪੈਂਡ ਅਪਾਨ ਦ ਕਲੈਕਸ਼ਨ ਆਫ ਐਵੀਡੈਂਸ। ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਵੀ ਕਲੈਕਸ਼ਨ ਆਫ ਐਵੀਡੈਂਸ ਹੁੰਦਾ ਉਹਦੇ 'ਤੇ ਡਿਪੈਂਡ ਕਰਦਾ ਕਿ ਇਹਦਾ ਜਿਹੜੇ ਸੁਰਾਖ ਨੇ ਉਹ ਇਨੀਸ਼ਲੀ ਕਿੱਥੇ ਹੈਗੇ ਆ ਅਤੇ ਕਿਸ ਤਰ੍ਹਾਂ ਨਾਲ ਅੱਗੇ ਜਿਹੜੇ ਹੈ ਡਿਵੈਲਪ ਹੋਏ ਆ, ਬੈਨੀਫਿਸ਼ਰੀਜ਼ ਕੌਣ ਕੌਣ ਨੇ, ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ 'ਤੇ ਡਿਪੈਂਡ ਕਰਦੀਆਂ ਨੇ, ਕਲੈਕਸ਼ਨ ਆਫ ਐਵੀਡੈਂਸ 'ਤੇ ਡਿਪੈਂਡ ਕਰਦੀਆਂ ਨੇ ਕਿ ਕੌਣ ਇਹਦੇ ਵਿੱਚ ਜ਼ਿੰਮੇਵਾਰ ਹੋ ਸਕਦਾ। ਪਰ ਇਹ ਇੱਕ ਜਨਰਲ ਪ੍ਰੋਸੀਜਰ ਦੀ ਗੱਲ ਆ, ਇਹ ਆਪਾਂ ਸਪੈਸੀਫਿਕਲੀ ਇਹ ਨਹੀਂ ਦੱਸ ਰਹੇ ਕਿ ਇਹ ਪਰਟੀਕੁਲਰ ਵਿਸ਼ੇ ਦੇ ਵਿੱਚ ਇਹ ਲੀਕੇਜ ਹੋ ਗਿਆ ਅਤੇ ਇਨਕੁਆਇਰੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਆਰੰਭ ਹੋ ਗਈ ਆ। ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ, ਪਰ ਜੇ ਹੋ ਜਾਵੇ ਤਾਂ ਯੂਜਲੀ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਸਟੇਟ ਵਿਜੀਲੈਂਸ ਵੀ ਇਸ ਤਰ੍ਹਾਂ ਕਰਦਾ ਔਰ ਕੋਈ ਹੋਰ ਸੈਂਟਰਲ ਏਜੰਸੀ ਜਿਹੜੀ ਹੈਗੀ ਆ ਉਹ ਵੀ ਇਸੇ ਤਰੀਕੇ ਦੇ ਨਾਲ ਇਨਵੈਸਟੀਗੇਟ ਕਰਦੀ ਹੈ। ਸਮਝ ਜੀ। ਸਰ ਇੱਕ ਹੋਰ, ਮੈਨੂੰ ਨਾ ਦੋ ਤਿੰਨ ਮੇਲਾਂ ਬੜੀਆਂ ਯੂਨੀਕ ਜਿਹੀਆਂ ਆਈਆਂ ਨੇ, ਬੜੀਆਂ ਡਿਫਰੈਂਟ ਜਿਹੀਆਂ। ਇੱਕ ਉਮੀਦਵਾਰ ਕਹਿ ਰਿਹਾ ਕਿ ਜਿਸ ਦਿਨ ਟੈਸਟ ਸੀ ਉਸ ਤੋਂ ਇੱਕ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ, ਇੱਕ ਕਹਿੰਦਾ ਵੀ ਮੈਨੂੰ ਡੇਂਗੂ ਹੋ ਗਿਆ, ਤੇ ਇੱਕ ਨੇ ਬੜਾ ਯੂਨੀਕ ਜਿਹਾ, ਮਤਲਬ ਮੈਨੂੰ ਬੜਾ ਹੈਗਾ ਵੀ ਉਹ ਪ੍ਰੈਗਨੈਂਟ ਸੀਗੇ ਮੈਡਮ, ਜਿਹਨਾਂ ਦਾ ਪੇਪਰ ਸੀ ਔਰ ਉਹ ਕਿਸੇ ਕਾਰਨ ਪੇਪਰ ਦਿੱਤਾ ਵੀ ਨਹੀਂ ਤੇ ਇੱਕ ਨੇ ਦਿੱਤਾ ਵੀ ਆ, ਦੋ ਅੱਡੋ ਅੱਡ ਕੇਸਿਸ ਨੇ। ਤੇ ਉਹ ਹੁਣ ਕਹਿੰਦੇ ਵੀ ਅਸੀਂ ਉਸ ਲੈਵਲ ਤੇ ਨਹੀਂ ਪਹੁੰਚ ਸਕੇ ਜੋ ਸਾਡੀ ਪੋਜੀਸ਼ਨ ਸੀ, ਔਰ ਉਹਦੇ ਉੱਤੇ ਅਸੀਂ ਉਹਨਾਂ ਨੂੰ ਕੀ ਸੁਝਾਅ ਦੇ ਸਕਦੇ ਹਾਂ, ਉਹ ਕੀ ਕਰ ਸਕਦੇ ਨੇ? ਦੇਖੋ, ਉਹਨਾਂ ਦੇ ਕੋਲ ਲੀਗਲ ਰੈਮਡੀ ਤਾਂ ਕੋਈ ਅਵੇਲੇਬਲ ਨਹੀਂ ਹੈ, ਕਿਉਂਕਿ ਲੀਗਲ ਰੈਮਡੀ ਦੇ ਵਿੱਚ ਤਾਂ ਇਹੀ ਸੀਗਾ ਵੀ ਜੇ ਫਰਜ਼ ਕਰ ਲਓ ਉਹ ਪੇਪਰ ਦੇ ਵਿੱਚ ਅਪੀਅਰ ਹੋ ਜਾਂਦੇ ਆ, ਉੱਥੇ ਜੋ ਉਹਨਾਂ ਨੂੰ ਕੋਈ ਸਹੂਲਤ, ਕੋਈ ਮੈਡੀਕਲ ਸਹੂਲਤ ਚਾਹੀਦੀ ਸੀ, ਅਗਰ ਐਡਵਾਂਸ ਦੇ ਵਿੱਚ ਉਹ ਦੱਸ ਦਿੰਦੇ ਤਾਂ ਜ਼ਿਆਦਾ ਤੋਂ ਜ਼ਿਆਦਾ ਇਹ ਆ ਕਿ ਸੈਂਟਰ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਜਿਹੜੀ ਆ, ਕਨਵੀਨੀਅੰਸ ਜਿਹੜੀ ਆ, ਉਹ ਮੁਹੱਈਆ ਕਰਵਾਈ ਜਾ ਸਕਦੀ ਸੀ। ਸਿੰਸ ਉਹਨੂੰ ਆਪਣੇ ਹਾਲਾਤਾਂ ਦੇ ਕਾਰਨ ਟੈਸਟ ਦੇ ਵਿੱਚ ਅਪੀਅਰ ਨਹੀਂ ਹੋ ਸਕੇ, ਇਸ ਦੇ ਲਈ ਤਾਂ ਮੈਨੂੰ ਨਹੀਂ ਲੱਗਦਾ ਕੋਈ ਅਦਾਲਤ ਉਹਨਾਂ ਨੂੰ ਇਸ ਸਟੇਜ ਦੇ ਉੱਤੇ ਕੋਈ ਰਲੀਫ ਦੇ ਦੇਵੇਗੀ। ਲੇਕਿਨ ਉਹਨਾਂ ਦੇ ਲਈ ਇੱਕ ਮੋਰਲ ਜਿਹੜਾ ਹੈਗਾ ਉਹ ਇਹੀ ਹੈਗਾ ਕਿ ਚਲੋ ਕੋਈ ਨਹੀਂ, ਇਹ ਜਿਹੜੀਆਂ ਹੈਗੀਆਂ ਨੇ ਮੌਕੇ ਅਵਸਰ ਜਿਹੜੇ ਆ ਕੁਦਰਤ ਦਿੰਦੀ ਰਹੇਗੀ, ਇੱਕ ਦਰ ਬੱਜਾ ਸੌ ਦਰ ਖੁੱਲ੍ਹੇ, ਕਿਤੇ ਨਾ ਕਿਤੇ ਹੋਰ ਥਾਂ ਦੇ ਉੱਤੇ ਕੁਦਰਤ ਉਹਨਾਂ ਨੂੰ ਮੌਕਾ ਦੇਵੇਗੀ, ਪਰ ਉਹ ਆਪਣੀ ਜਿਹੜੀ ਪੜ੍ਹਾਈ ਦੀ ਰਫਤਾਰ ਆ ਉਸਨੂੰ ਮੱਦਾ ਨਾ ਕਰਨ, ਉਸ ਨੂੰ ਮੰਦਾ ਨਾ ਕਰਨ, ਉਸਨੂੰ ਮੱਧਮ ਨਾ ਕਰਨ, ਸਗੋਂ ਉਸੇ ਜਿਹੜਾ ਰਫਤਾਰ ਦੇ ਨਾਲ ਆਪਣੀ ਪੜ੍ਹਾਈ ਕਰਦੇ ਰਹਿਣ, ਕੁਦਰਤ ਜ਼ਰੂਰ ਕੁਛ ਨਾ ਕੁਛ ਉਹਨਾਂ ਦੇ ਲਈ ਰੱਖੇਗੀ। ਸਮਝ ਜੀ। ਬਹੁਤ ਬਹੁਤ ਸ਼ੁਕਰੀਆ ਜਗਮੋਹਨ ਜੀ ਤੁਹਾਡਾ, ਤੁਸੀਂ ਆਪਣਾ ਵਕਤ ਦਿੱਤਾ। ਥੈਂਕ ਯੂ ਸਰ। ਸੋ ਜਗਮੋਹਨ ਜੀ ਦੇ ਨਾਲ ਅਸੀਂ ਕੁਛ ਤਫਸੀਲ ਵਿੱਚ ਪੁਆਇੰਟ ਡਿਸਕਸ ਕੀਤੇ ਔਰ ਕੁਛ ਚੋਣਵੇਂ ਤੁਹਾਡੇ ਸਵਾਲ ਵੀ ਡਿਸਕਸ ਕੀਤੇ। ਕੁਝ ਹੋਰ ਸਵਾਲ ਤੁਹਾਡੇ ਹੈਗੇ ਜੋ ਜ਼ਿਹਨ ਵਿੱਚ, ਜਿਹਨਾਂ ਨੂੰ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਉਹਦਾ ਆਂਸਰ ਸਹੀ ਨਹੀਂ ਮਿਲ ਰਿਹਾ, ਜਾਂ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਹਾਡਾ ਕੋਈ ਉਤਸੁਕਤਾ ਹੈ, ਤਾਂ ਜ਼ਰੂਰ ਜਗਮੋਹਨ ਜੀ ਦਾ ਈਮੇਲ ਆਈ ਡੀ ਵੀ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਔਰ ਮੇਰਾ ਈਮੇਲ ਆਈ ਡੀ ਵੀ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ। ਤੁਸੀਂ ਸਾਨੂੰ ਮੇਲ ਕਰ ਸਕਦੇ ਹੋ, ਕਿਸੇ ਨੂੰ ਵੀ ਮੇਲ ਕਰ ਸਕਦੇ ਹੋ, ਤੇ ਜੋ ਵੀ ਸਾਨੂੰ ਸਵਾਲ ਲੱਗਣਗੇ ਕਿ ਇਹ ਕਿਸੇ ਵੱਡੇ ਭਾਗ ਨੂੰ ਰਿਪ੍ਰੈਜੈਂਟ ਕਰ ਰਹੇ ਨੇ, ਉਹਨਾਂ ਨੂੰ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਔਰ ਕੋਸ਼ਿਸ਼ ਕਰਾਂਗੇ ਕਿ ਉਹਦਾ ਤੁਹਾਨੂੰ ਕੋਈ ਨਾ ਕੋਈ ਰਾਹ ਦੱਸ ਸਕੀਏ। ਔਰ ਤੁਹਾਡੇ ਸਾਰਿਆਂ ਲਈ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦੇ ਪੇਪਰ ਹੋ ਗਏ, ਜਿਨ੍ਹਾਂ ਤੋਂ ਨਹੀਂ ਹੋਏ, ਜਾਂ ਮਤਲਬ ਜੋ ਵੀ ਹੋਇਆ, ਸਾਰਿਆਂ ਲਈ ਅਰਦਾਸ ਕਰ ਸਕਦੇ ਹਾਂ ਕਿ ਪ੍ਰਮਾਤਮਾ ਬਣਦੇ ਹੱਕ ਸਾਰਿਆਂ ਨੂੰ ਦੇਵੇ ਔਰ ਜੋ ਵੀ ਸਰਕਾਰਾਂ ਕੰਮ ਕਰਨ ਉਹ ਨਿਰਪੱਖ ਤੇ ਪਾਰਦਰਸ਼ੀ ਹੋ ਕੇ, ਔਰ ਭਾਰਤ ਦੀ ਜੋ ਕਾਨੂੰਨ ਵਿਵਸਥਾ ਹੈਗੀ ਆ ਔਰ ਖਾਸ ਕਰਕੇ ਜੋ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਨਿਯਮਾਵਲੀ ਹੈਗੀ ਆ, ਉਹਨਾਂ ਨੂੰ ਸਾਰਾ ਕੁਛ ਸਹੀ ਤਰੀਕੇ ਨਾਲ ਵਰਤ ਕੇ ਰਾਜਨੀਤਿਕ ਤੋਂ ਪ੍ਰੇਰਿਤ ਨਾ ਹੋ ਕੇ ਕੀਤਾ ਜਾਵੇ, ਤਾਂ ਕਿ ਸਹੀ ਬੰਦੇ ਉਹਨਾਂ ਅਹੁਦਿਆਂ ਦੇ ਉੱਪਰ ਆ ਕੇ ਵਿਰਾਜਮਾਨ ਹੋ ਸਕਣ ਔਰ ਪੰਜਾਬ ਦੇ ਜੋ ਸਾਡੀ ਭਵਿੱਖ ਹੈਗਾ, ਜਵਾਨੀ ਹੈਗੀ ਆ, ਉਹਨੂੰ ਸਹੀ ਰਾਹ ਦਸਿੰਦੇ ਬਣ ਸਕਣ। ਬਹੁਤ ਬਹੁਤ ਧੰਨਵਾਦ ਪੰਜਾਬ ਨਾਵਾਂ ਦਾ ਇਹ ਪ੍ਰੋਗਰਾਮ ਦੇਖਣ ਲਈ। ਤੁਸੀਂ ਪੰਜਾਬ ਨਾਵਾਂ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ, ਲਾਈਕ ਵੀ ਕਰ ਸਕਦੇ ਹੋ, ਜੋ ਚਾਹੇ ਕਰ ਸਕਦੇ ਹੋ। ਸੱਚ ਦੇ ਨਾਲ ਅਸੀਂ ਖੜੇ ਹਾਂ, ਨੋ ਫੇਵਰ ਤਿੱਖੇ ਤੇਵਰ। ਸਤਿ ਸ੍ਰੀ ਅਕਾਲ।